ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਇਹਨਾਂ ਨਤੀਜਿਆਂ ਵਿੱਚ ਰੂਪਨਗਰ ਦੀ ਸ਼ਰੂਤੀ ਵੋਰਾ ਨੇ 98.77% ਫੀਸਦ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਲੁਧਿਆਣਾ ਦੇ ਰਹਿਣ ਵਾਲੇ ਅਮਿਤ ਯਾਦਵ ਨੇ 96.22% ਫੀਸਦ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਅਤੇ ਤੀਜੇ ਨੰਬਰ 'ਤੇ ਲੁਧਿਆਣੇ ਦੀ ਸਿਮੀ ਕੁਮਾਰੀ ਰਹੀ ਹੈ, ਜਿਸ ਨੇ 98.31% ਫੀਸਦ ਅੰਕ ਹਾਸਲ ਕੀਤੇ ਨੇ। ਇਸੇ ਤਰ੍ਹਾਂ ਸਪੋਰਟਸ ਕੋਟੇ 'ਚੋਂ ਲੁਧਿਆਣਾ ਦੀ ਜਮਾਲਪੁਰ ਕਲੋਨੀ ਦੇ ਰਹਿਣ ਵਾਲੇ ਅਮਨਦੀਪ ਵਰਮਾ ਨੇ 99.6% ਫੀਸਦ ਨੰਬਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸੇ ਕਲੋਨੀ ਦੀ ਹੀ ਰਹਿਣ ਵਾਲੀ ਜੋਤੀ ਪਵਾਰ ਨੇ 98.62% ਫੀਸਦ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਪਟਿਆਲਾ ਦੀ ਰਹਿਣ ਵਾਲੀ ਨੈਨਸੀ ਨੇ 98.31% ਫੀਸਦ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਵਾਰ 10ਵੀਂ ਦੀ ਪ੍ਰੀਖਿਆ ਵਿੱਚ 3,30,437 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 1,96,001 ਵਿਦਿਆਰਥੀ ਪਾਸ ਹੋਏ ਨੇ। ਡਿਪਾਰਟਮੈਂਟ ਜਾਂ ਰੀਪੀਅਰ ਨੇ ਉਹ 28.57% ਨੇ ਔਰ 13.84% ਜਿਹੜੇ ਨੇ ਉਹ ਫੇਲਿਅਰ ਸਟੂਡੈਂਟ ਨੇ। ਜਿਹੜਾ ਅਕੈਡਮਿਕ ਦੇ ਵਿੱਚ ਹੈ ਇਹ ਲੜਕੀ ਰੋਪੜ ਦੀ ਹੈ, ਡੀ ਏ ਵੀ ਪਬਲਿਕ ਸਕੂਲ ਰੋਪੜ, ਔਰ ਸੈਕਿੰਡ ਜਿਹੜੀ ਹੈ ਉਹ ਅਮਿਤ ਯਾਦਵ ਲੜਕਾ ਹੈ, ਉਹ ਸ਼ਿਮਲਾਪੁਰੀ ਲੁਧਿਆਣੇ ਦਾ, ਔਰ ਇਸੇ ਤਰ੍ਹਾਂ ਸੇਮ ਸਕੂਲ ਦੇ ਵਿੱਚੋਂ ਥਰਡ ਲੜਕੀ ਆਈ ਹੈ ਸਿਮੀ ਕੁਮਾਰੀ। ਅਤੇ ਸਪੋਰਟਸ ਦੇ ਵਿੱਚ ਵੀ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਏ ਨੇ ਉਹ ਅਮਨਦੀਪ ਵਰਮਾ, ਇਹਨਾਂ ਦਾ ਸਕੂਲ ਹੈ ਫੋਕਲ ਪੁਆਇੰਟ ਲੁਧਿਆਣਾ, ਔਰ ਦੂਜੇ ਨੰਬਰ 'ਤੇ ਲੜਕੀ ਜੋਤੀ ਪੰਵਾਰ ਆਈ ਹੈ, ਔਰ ਇਸ ਦਾ ਸਕੂਲ ਫੋਕਲ ਪੁਆਇੰਟ ਲੁਧਿਆਣਾ ਹੈ, ਸੇਮ ਸਕੂਲ ਦੇ ਬੱਚੇ ਨੇ। ਔਰ ਥਰਡ 'ਤੇ ਪਲੇਵੇ ਸਕੂਲ ਪਟਿਆਲਾ ਦਾ ਹੈ ਔਰ ਲਾਹੌਰੀ ਗੇਟ ਪਟਿਆਲਾ, ਇਹ ਥਰਡ ਆਈ ਹੈ। ਔਰ ਥਰਡ ਨੂੰ 50,000 ਰੁਪਇਆ ਇਨਾਮ ਦਿੰਦੇ ਹਾਂ, ਚਾਹੇ ਉਹ ਅਕੈਡਮਿਕ ਸਾਈਡ ਤੋਂ ਹੋਵੇ ਜਾਂ ਸਪੋਰਟਸ ਸਾਈਡ ਤੋਂ।